चलेंगे वीर अपार बड़े बरियार रारे नु सिहरिया बरियार अबचार है सार की अबचार है पाख कठा बोलना अबचार है बब्बे नु सिहरिया अबचार है सार की की शब्द वखरा धार पछैया ਪੱਬਾ ਸ਼ਸ਼ ਤੇ ਅਦਕ ਈੜੀ ਬਿਹਾਰੀ ਤੇ ਐੜੇ ਕੰਨਾ ਇਹ ਚਾਰ ਅੱਖਰ ਬੋਲਣੇ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਤੇ ਸ਼ਬਦ ਜ਼ੋਰ ਨਾ ਬੋਲਣਾ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਭਾਰੇ ਕਰਕੇ ਸ਼ਬਦ ਬੋਲਣੇ ਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਸੋ ਸ਼ਬਦ ਵੱਖਰਾ ਸੋ ਬਾਤਨ ਹੀ ਚੱਕ ਚਾਰ ਲਵਈਆ ਚੱਚੇ ਤੇ ਅਧਕ ਲਾ ਕੇ ਜ਼ੋਰ ਨਾ ਬੋਲਣਾ ਚੱਕ ਚਾਰ ਲਵਈਆ ਸਾਹਿਬ ਸ੍ਰੀ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਚੱਚੇ ਨੂੰ ਸਿਹਾਰੀ ਆ ਜਾਚਕ ਜਾਚਕ ਅਨੇਕ ਸੋ ਏਕ ਦੇਵਈਆ ਦੱਦੇ ਨੂੰ ਸਿਹਾਰੀ ਆ ਦੇਵਈਆ ਦਾਨਵ ਦੇਵ ਫਨਿੰਦ ਨਿਸਾਚਰ ਨਿਸਾਚਰ ਪਾਠ ਇਕੱਠਾ ਬੋਲਣਾ ਨਿਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਵੱਖਰੇ ਵੱਖਰੇ ਸ਼ਬਦ ਬੋਲਣੇ ਆ ਸਭ ਥਾਪ ਥਪੇਂਗੇ ਪੁੰਨ ਪ੍ਰਤਾਪਨ ਬਾਡ ਜੈਤ ਧੁਨ ਢੱਡਾ ਖਰਾ ਭਾਰਾ ਕਰਕੇ ਬੋਲਣਾ ਬਾਡ ਬਾਡ ਜੈਤ ਧੁਨ ਧੁਨ ਸ਼ਬਦ ਪੋਲਾ ਜਾ ਬੋਲਣਾ ਧੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਸੱਤਰ ਸ਼ਬਦ ਜ਼ੋਰ ਨਾ ਬੋਲਣਾ ਸੱਤਰ ਸਭੈ ਅਵਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਧੱਦਾ ਖਰਾ ਨਰਾਧਪ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸਨਾਨ ਗਜਾਦਿਕ ਦਾਨ ਦੱਦੇ ਨੂੰ ਸਿਹਾਰੀ ਆ ਗਜਾਦਿਕ ਗਜਾਦਿਕ ਦਾਨ ਅਨੇਕ ਸਵੰਬਰ ਸੱਸੇ ਨੂੰ ਕੜਾ ਸਵੰਬਰ ਸਵੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਹਾਹਾ ਵਿੱਚ ਬ੍ਰਹਮ ਬ੍ਰਹਮ ਮਹੇਸ਼ਰ ਬਿਸਨ ਸਚੀ ਪਾਤ ਸਚੀ ਪਾਤ ਪੋਲਾ ਜਿਹਾ ਸ਼ਬਦ ਬੋਲਣਾ ਦੋ ਦੋ ਅੱਖਰ ਕਰਕੇ ਬੋਲਣੇ ਸਚੀ ਪਾਤ ਪਾਠ ਇਕੱਠਾ ਜਿਹਾ ਬੋਲਣ ਚ ਦੋ ਦੋ ਅੱਖਰ ਸਚੀ ਪਾਤ ਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸ੍ਰੀ ਪਾਤ ਕੇ ਪ੍ਰਸ ਹੈ ਪਾਗ ਅੱਧਾ ਰਾਰਾ ਬੋਲਣਾ ਪ੍ਰਸ ਹੈ ਪਾਗ ਪਾਗ ਸ਼ਬਦ ਪੋਲਾ ਜਿਹਾ ਬੋਲਣਾ ਪਾਗ ਤੇ ਨਰ ਫੇਰ ਨਾ ਦੇਹ ਧਰੇਂਗੇ ਕਹਾ ਭਇਓ ਪੱਬਾ ਈੜੀ ਸਿਹਾਰੀ ਊੜੇ ਨੂੰ ਹੋੜਾ ਭਇਓ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ
ਜੋ ਦੋਉ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਹਾਤ ਫਿਰਿਓ। ਇਸ਼ਨਾਨ ਕਰਨ ਦਾ ਵਾਚਕਾ ਭਾਰਾ ਕਰਕੇ ਬੋਲਣਾ ਨਹਾਤ ਫਿਰਿਓ। ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਵਾਸ ਕੀਓ ਵਿਖਿਆਨ ਸੋ ਬੈਠ ਕੈ ਸਿਹਾਰੀਆ ਵਿਖਿਆਨ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਇੱਥੇ ਸੱਸਿਆਂ ਨੂੰ ਦੁਲਾਈਆਂ ਕਈਆਂ ਗੁਟਕੇ ਸਭਾ ਚ ਸੱਸਾ ਮੁਕਤਾ ਹੁੰਦਾ ਪਰ ਇੱਥੇ ਦੁਲਾਵਾਂ ਨਾ ਪਾਠ ਸ਼ੁੱਧ ਹੈ। ਐਸੇ ਹੀ ਐਸੇ ਸੋ ਬੈਸ ਬਿਤਾਇਓ ਬਿਤਾਇਓ ਬੱਬੇ ਨੂੰ ਸਿਹਾਰੀਆ ਬਿਤਾਇਓ ਸਾਚ ਕਹੋ ਹਾਹੇ ਕਨੌੜਾ ਹੋਂ ਹੋਂ ਦੀ ਆਵਾਜ਼ ਆਉਣੀ ਆ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ। ਪੋਲਾ ਜਿਹਾ ਸ਼ਬਦ ਬੋਲਣਾ ਲਖਿਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹੇ ਕਾਹੂ ਪਿਸ਼ਾਹ ਕੋ ਪਿਸ਼ਾਹ ਪਿਸ਼ਾਹ ਕੋ ਸੀਸ ਨਿਵਾਯੋ ਨੰਨੇ ਨੂੰ ਸਿਹਾਰੀ ਆ ਨਿਵਾਯੋ ਕੋ ਬਤਾਨ ਕੋ ਇੱਥੇ ਕੱਕੇ ਨੂੰ ਕਨੌੜਾ ਵਾ ਕੋ ਬੁਤਾਨ ਕੋ ਬੁਤਾਨ ਸ਼ਬਦ ਭਾ ਜ਼ੋਰ ਨਾ ਬੋਲਣਾ ਬੁੱਤ ਦਾ ਵਾਚਕ ਕੋ ਬੁਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਯੋ ਪੂਰ ਕਿਰਿਆ ਕੱਕੇ ਨੂੰ ਸਿਹਾਰੀ ਲਾਉਣੀ ਆ ਤੇ ਰਾਰੇ ਨੂੰ ਵੀ ਕਿਰਿਆ ਪੂਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬੁਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਯੋ ਪੂਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿ